हाँ जी वेलकम है जी। थोड़े सारे अपनी यूट्यूब चैनल PVS वर्ड ਦੇ ਵਿੱਚ ਅੱਜ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਬੇਸ ਅਤੇ ਕੰਪਲੀਮੈਂਟ ਰਿਲੇਟਡ ਕੋਈ ਵੀ ਸਮ ਆ ਜਾਏ ਕੰਪੀਟੀਸ਼ਨ ਐਗਜ਼ਾਮ ਦੇ ਵਿੱਚ ਤੁਹਾਡਾ ਕਦੇ ਵੀ ਗਲਤ ਨਹੀਂ ਹੋਊਗਾ। ਸਭ ਤੋਂ ਪਹਿਲਾਂ ਅਸੀਂ ਬੇਸ ਸਮਝਦੇ ਹਾਂ। ਬੇਸ ਕੀ ਹੁੰਦਾ ਹੈਗਾ? ਮੰਨ ਲਓ ਸਾਡੇ ਕੋਲ 37 ਦਿੱਤਾ ਹੋਇਆ, ਅਸੀਂ ਕੀ ਹੈ ਬੇਸ ਕੱਢਣਾ ਹੈ, ਮਤਲਬ ਇਹਦਾ ਨੀਅਰੈਸਟ ਬੇਸ ਕੀ ਹੋਊਗਾ। ਬੇਸ ਦੇ ਕੱਢਣ ਵਾਸਤੇ ਕੀ, ਜਿੰਨੇ ਡਿਜਿਟਸ ਹੋਣ ਉਨੀਆਂ ਜ਼ੀਰੋ ਲਾ ਦਿਓ ਅਤੇ ਅੱਗੇ ਲਾ ਦਿਓ 1। ਇਹ ਕੀ ਆ ਗਿਆ? ਸਾਡਾ ਬੇਸ ਆ ਗਿਆ। ਹੁਣ ਜੇ ਸਾਨੂੰ ਦਿੱਤਾ ਹੋਵੇ, ਮੰਨ ਲਓ 100 ਦਿੱਤਾ ਹੈ, ਸੈਕਿੰਡ ਨੰਬਰ 'ਤੇ 0, ਥਰਡ 1, ਨੰਬਰ 4 105, ਫਿਫਥ ਹੈਗਾ ਸਾਡੇ ਕੋਲ 1000। ਇਹਨਾਂ ਪੰਜਾਂ ਦੇ ਵਿੱਚੋਂ ਅਸੀਂ ਇਹ ਆਈਡੈਂਟੀਫਾਈ ਕਰਨਾ ਹੈ ਕਿ ਬੇਸ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ। ਤਾਂ 100 ਕੀ ਹੈ? ਬੇਸ ਹੈਗਾ। 0 ਬੇਸ ਨਹੀਂ ਹੈਗਾ, 1 ਵੀ ਬੇਸ ਨਹੀਂ ਹੈਗਾ, ਇਹਦੇ ਪਿੱਛੇ ਕੀ ਹੈ 5 ਆ ਗਿਆ, ਇਹ ਵੀ ਬੇਸ ਨਹੀਂ ਹੈਗਾ, ਇਹ ਕੀ ਹੈ? ਬੇਸ ਹੈਗਾ। ਬੇਸ ਹਮੇਸ਼ਾ ਪਿੱਛੇ 0 ਹੋਣੀ ਹੈ ਅਤੇ ਅੱਗੇ 1, ਸਿਰਫ ਇਹੀ ਹੋਊਗਾ ਬੇਸ। ਠੀਕ ਹੈ, ਇਹਦੇ ਪਿੱਛੇ ਨਾ 5 ਆਊਗਾ, ਨਾ ਓਨਲੀ 1 ਬੇਸ ਹੋਊਗਾ, ਨਾ ਓਨਲੀ 0 ਬੇਸ ਹੋਊਗਾ। ਸਮਝ ਆ ਗਈ? ਹੁਣ ਇੱਕ ਸਮ ਹੋਰ ਦੇਖੋ, ਅਸੀਂ ਕੱਢਣਾ ਹੈਗਾ 546 ਦਾ ਬੇਸ ਕੱਢਣਾ। 546 ਦਾ ਬੇਸ ਕਿੰਨਾ ਹੋਊਗਾ? 3 ਨੇ ਡਿਜਿਟਸ ਨੇ, 0 3 ਜਲਾਓ ਤਾਂ ਇਹ ਕੀ ਆ ਗਿਆ? ਇਹਦਾ ਬੇਸ ਆ ਗਿਆ। ਆਈ ਹੋਪ ਤੁਹਾਨੂੰ ਇੱਥੇ ਤੱਕ ਬੇਸ ਦਾ ਕਨਸੈਪਟ ਕਲੀਅਰ ਹੋ ਗਿਆ ਹੋਊਗਾ ਜਮੀ। ਹੁਣ ਅਸੀਂ ਕੰਪਲੀਮੈਂਟ 'ਤੇ ਚੱਲਦੇ ਹਾਂ। ਕੰਪਲੀਮੈਂਟ ਕੱਢਣਾ ਅਸੀਂ 63 ਅਤੇ 454 ਦਾ। ਹੁਣ ਪਹਿਲਾਂ ਅਸੀਂ 63 ਦਾ ਕੰਪਲੀਮੈਂਟ, 63 ਦਾ ਦੇਖੋ ਬੇਸ ਕੀ ਬਣਦਾ ਹੈਗਾ, 100। 100 ਦਾ ਵਿੱਚੋਂ ਅਸੀਂ 63 ਮਾਈਨਸ ਕਰਦੇ ਹਾਂ, 100 ਮਾਈਨਸ 63, 100 ਕੀ ਹੈ? ਬੇਸ ਹੈ। ਅਸੀਂ ਇਹਦਾ ਕੀ ਕੱਢਣਾ? ਕੰਪਲੀਮੈਂਟ ਕੱਢਣਾ ਹੈਗਾ। ਤਾਂ ਅਸੀਂ ਕਿਵੇਂ ਕੱਢਦੇ ਹਾਂਗੇ? ਇਹਦੇ 'ਚੋਂ ਮਾਈਨਸ ਕਰ ਦਾਂਗੇ, ਕਿੰਨਾ ਆ ਜੂਗਾ? 37। ਤਾਂ 37 ਕੀ ਆ ਗਿਆ? ਇਹਦਾ ਕੰਪਲੀਮੈਂਟ ਆ ਗਿਆ। ਹੁਣ ਕੰਪਲੀਮੈਂਟ ਕੱਢਣ ਲਈ ਦੇਖੋ, ਸਬਟ੍ਰੈਕਟ ਅਸੀਂ ਕਿਵੇਂ ਕਰਦੇ ਹਾਂ? ਵੈਦਿਕ ਮੈਟ੍ਰਿਕ ਕੀ ਕਹਿੰਦੀ ਹੈ? ਆਲ ਫਰੋਮ 9 ਲਾਸਟ ਫਰੋਮ 10। ਠੀਕ ਹੈ, ਮਤਲਬ ਦੇਖੋ 100 ਦੇ ਵਿੱਚੋਂ ਅਸੀਂ 63 ਮਾਈਨਸ ਕਰਨਾ ਹੈ ਜਿਵੇਂ, ਮਤਲਬ ਆਲ ਫਰੋਮ 9, ਇਹਦੇ ਅੱਗੇ ਕਿੰਨੇ ਮਰਜ਼ੀ ਡਿਜਿਟਸ ਹੋਣ। ਠੀਕ ਹੈ, ਜਿਵੇਂ ਮੰਨ ਲਓ ਐਵੇਂ ਦਿੱਤਾ ਹੁੰਦਾ ਤੁਹਾਨੂੰ। ਠੀਕ ਹੈ, ਅਸੀਂ ਹੁਣ ਕੱਢਣਾ ਹੈਗਾ, ਇਹਨੂੰ ਮਾਈਨਸ ਕਰਨਾ। ਤਾਂ ਜਿੰਨੇ ਏ ਵਾਲੇ ਹੋਣਗੇ ਇਹਨਾਂ ਨੂੰ ਅਸੀਂ ਕੀ ਕਰਾਂਗੇ? 9 ਚੋਂ ਮਾਈਨਸ ਕਰ ਦਾਂਗੇ। ਇਹਨੂੰ ਕਿਹਦੇ 'ਚੋਂ ਕਰ ਦਾਂਗੇ? 10 ਦੇ ਵਿੱਚੋਂ ਮਾਈਨਸ ਕਰ ਦਾਂਗੇ। ਤਾਂ ਇਹ ਕੀ ਹੈ? ਵੈਦਿਕ ਮੈਥ ਦੀ ਟ੍ਰਿਕ ਹੈ, ਇਹਨੂੰ ਯਾਦ ਰੱਖਣੀ ਹੈ। ਆਲ ਫਰੋਮ 9 ਲਾਸਟ ਫਰੋਮ 10। ਠੀਕ ਹੈ, ਇਹ ਇੰਨੀ ਕੁ ਗੱਲ ਯਾਦ ਰੱਖਣੀ ਹੈ। ਹੁਣ ਮੈਂ ਤੁਹਾਨੂੰ ਇਹਦੀ ਇਗਜ਼ਾਮਪਲਾਂ ਦਿੰਦੀ ਹੈਗੀ ਵੀ ਇਹ ਅਸੀਂ ਕਿੱਥੇ ਕੰਮ ਆਊਗੀ। ਜਿਵੇਂ ਦੇਖੋ, 1000 ਦੇ ਵਿੱਚੋਂ ਅਸੀਂ ਮਾਈਨਸ ਕਰਨਾ ਹੈਗਾ 337.54। ਠੀਕ ਹੈ, ਹੁਣ ਅਸੀਂ ਇਹਨੂੰ ਕਿਵੇਂ ਮਾਈਨਸ ਕਰਨਾ? ਇਹਦੇ ਵਾਸਤੇ ਅਸੀਂ ਕਿਵੇਂ ਕਰਦੇ ਹੁੰਦੇ? ਟ੍ਰੈਡੀਸ਼ਨਲ ਮੈਥਡ ਕੀ ਹੈਗਾ? ਅਸੀਂ ਕੀ ਐਵੇਂ 1000 ਲਿਖਾਂਗੇ, ਫਿਰ ਉਹਦੇ ਪਿੱਛੇ ਐਮ ਪੁਆਇੰਟ ਲਾਵਾਂਗੇ। ਠੀਕ ਹੈ, ਫਿਰ ਅਸੀਂ ਐਵੇਂ ਲਾ ਕੇ ਫਿਰ ਉਹ ਤੋਂ ਬਾਅਦ ਅਸੀਂ ਕਿਵੇਂ ਸਬਟ੍ਰੈਕਟ ਕਰਦੇ ਹਾਂ। ਬਟ ਇਹ ਕੀ ਹੈ? ਟ੍ਰੈਡੀਸ਼ਨਲ ਮੈਥਡ ਹੈ ਸਾਡਾ। ਵੈਦਿਕ ਮੈਟ੍ਰਿਕ ਕੀ ਕਹਿੰਦੀ ਹੈ? ਹੁਣ ਜਿਵੇਂ ਅਸੀਂ ਇਹਦੀ ਵੀ ਕੱਢਣੀ ਹੈਗੀ, ਸਿੱਧਾ ਹੀ ਅਸੀਂ ਕੱਢਾਂਗੇ। ਦੇਖੋ, ਇਹ ਸਾਡੇ ਕੋਲ ਸਮਾਂ, ਇਹਦੀ ਕੀ ਕੱਢਣਾ? ਅਸੀਂ ਕੰਪਲੀਮੈਂਟ ਕੱਢਣਾ। ਆਹ ਸਾਰਿਆਂ ਨੂੰ ਅਸੀਂ 9 'ਚੋਂ ਮਾਈਨਸ ਕਰ ਦਾਂਗੇ, ਇਹਨੂੰ ਇਕੱਲੇ ਲਾਸਟ ਵਾਲੇ ਨੂੰ 10 ਦੇ ਵਿੱਚੋਂ। ਹੁਣ 10 ਦੇ ਵਿੱਚੋਂ 4 ਗਏ 6, 9 'ਚੋਂ 5 ਗਏ 4, 9 'ਚੋਂ 7 ਗਏ 2, 9 'ਚੋਂ 3 ਗਏ 6 6। ਇੱਥੇ ਪੁਆਇੰਟ ਲੱਗਿਆ ਹੋਇਆ ਸੀ, ਇੱਥੇ ਪੁਆਇੰਟ ਆ ਗਿਆ। ਹੁਣ ਸਾਨੂੰ ਕਿ ਟ੍ਰੈਡੀਸ਼ਨਲ ਮੈਥਡ ਯੂਜ਼ ਕਰਨ ਦੀ ਲੋੜ ਨਹੀਂ ਪਈ, ਅਸੀਂ ਕੀ ਹੈ ਡਾਇਰੈਕਟ ਐਵੇਂ ਕੱਢ ਲਿਆ। ਸਮਝ ਰਹੇ ਹੋ ਨਾ ਮੈਂ ਕੀ ਕਹਿਣਾ ਚਾਹ ਰਹੀ ਹਾਂ? ਹੁਣ ਹੋਰ ਐਗਜ਼ਾਮਪਲਸ ਨੇ, ਜਿਵੇਂ ਦੇਖੋ ਆ 3 ਐਗਜ਼ਾਮਪਲਾਂ ਦਿੱਤੀਆਂ ਹੋਈਆਂ, ਇਹਨੂੰ ਕੀ ਅਸੀਂ ਟ੍ਰੈਡੀਸ਼ਨਲ ਮੈਥਡ ਨਾਲ ਨਹੀਂ ਵੈਦਿਕ ਮੈਥ ਨਾਲ ਕੱਢਾਂਗੇ। ਵੈਦਿਕ ਮੈਥ ਕੀ ਕਹਿੰਦੇ ਹੈਗਾ? ਆਲ ਫਰੋਮ 9 ਲਾਸਟ ਫਰੋਮ 10। ਅਸੀਂ ਕੀ ਇਹਨਾਂ ਨੂੰ ਤਾਂ 9 ਦੇ ਵਿੱਚ ਮਾਈਨਸ ਕਰ ਦਾਂਗੇ। ਠੀਕ ਹੈ, ਅਤੇ ਲਾਸਟ ਵਾਲੇ ਨੂੰ 10 ਦੇ ਵਿੱਚੋਂ ਸਿੱਧਾ, ਮਤਲਬ ਦੂਜਿਓਂ ਲਿਖਣ ਦੀ ਜ਼ਰੂਰਤ ਨਹੀਂ, ਸਿੱਧਾ ਹੀ ਨਿਕਲ ਜੂਗਾ। ਦੇਖੋ 5 4 4 5.4 6 3, ਅਤੇ ਆ ਬੱਚ ਗਿਆ ਆਪਣੇ ਕੋਲ 10। ਇਹ ਡਾਇਰੈਕਟ ਆ ਗਿਆ। ਹੁਣ ਇਹਦਾ ਅਸੀਂ ਕੰਪਲੀਮੈਂਟ ਕੱਢਣਾ, ਇਹ ਵੀ ਡਾਇਰੈਕਟ ਕੱਢ ਲਾਂਗੇ। ਇਹ ਡਾਇਰੈਕਟ ਕਿਵੇਂ ਕੱਢਾਂਗੇ? 9 'ਚੋਂ 2 ਗਈ 7, 9 'ਚੋਂ 3 ਗਈ 6 point, ਉਸ ਤੋਂ ਬਾਅਦ 2 1 6, ਲਾਸਟ ਵਾਲੇ ਨੂੰ 4 ਨੂੰ ਕਿਹਦੇ 'ਚ ਮਾਈਨਸ ਕਰਨਾ? 10 ਦੇ ਵਿੱਚੋਂ। 10 'ਚ 4 ਗਏ 6। ਹੁਣ ਇਹ ਵਾਲਾ ਸਮ ਹੈ, ਇਹ ਤੁਸੀਂ ਖੁਦ ਟਰਾਈ ਕਰਿਓ ਅਤੇ ਮੈਨੂੰ ਕਮੈਂਟ ਦੇ ਵਿੱਚ, ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕਸ ਫੋਰ ਵਾਚਿੰਗ। ਕਮੈਂਟ ਕਰਕੇ ਦੱਸਿਓ ਵੀ ਜ਼ਰੂਰ ਕਿ ਇਹ ਵੀਡੀਓ ਤੁਹਾਡੇ ਲਈ ਕਿੰਨੀ ਕੁ ਇਨਫੋਰਮੇਟਿਵ ਹੈਗੀ ਹੈ, ਅਤੇ ਟਰਾਈ ਕਰਦੇ ਰਹੀਓ ਨਾਲ ਨਾਲ ਪ੍ਰੈਕਟਿਸ। ਥੈਂਕਸ ਫੋਰ ਵਾਚਿੰਗ, ਸ਼ੇਅਰ ਵਿਦ ਯੂਅਰ ਫਰੈਂਡਸ।